ਆਪ ਆ ਗਿਆ ਵੀ ਖਮਸ਼ਾ ਦੇ ਫਕੀਰ ਦੇ ਚੇਲੇ ਨੇ ਕਿਹਾ ਵੀਰ ਜੀ ਜੇ ਤੁਹਾਡਾ ਨਿਸ਼ਚਾ ਹੈ ਤੁਹਾਡਾ ਵਿਸ਼ਵਾਸ ਹੈ ਤੁਸੀਂ ਕਹਿੰਦੇ ਹੋ ਉਹ ਖੁਦਾ ਅੱਲਾ ਤਾਲਾ ਚੱਲੀ ਜਾਂਦੇ ਆ ਅੱਜ ਕਿੱਥੇ ਹੈ ਇਹਦਾ ਕੋਈ ਚੱਕਰ ਨਹੀਂ ਸੀ ਖੋਲ ਕੇ ਦੱਸੋ ਮੇਰੀ ਧੀ ਤੇ ਜਵਾਈ ਬੈਠੇ ਫੌਜਾਂ ਚੱਲੀਆਂ ਗਈਆਂ ਪਰ ਬੀਬੀ ਮਮਤਾਜ ਨੇ ਬਾਅਦ ਵਿੱਚ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਤੁਸੀਂ ਮੈਨੂੰ ਏਡੇ ਵੱਡੇ ਸ਼ਹੀਦ ਦੀ ਪਤਨੀ ਕਿਹਾ Thank you.
ਉਹਨਾਂ ਦੇ ਵਿੱਚ ਕੋਈ ਹਲਚਲ ਨਹੀਂ, ਕੋਈ ਭੱਜ ਦੌੜ ਨਹੀਂ, ਕੋਈ ਸਵਾਲ ਨਹੀਂ। ਬਾਹਰਲੇ ਪਾਸੇ ਜਿਹੜੀਆਂ ਫੌਜਾਂ ਨੇ ਘੇਰਾ ਪਾਇਆ ਹੋਇਆ, ਉਹਨਾਂ ਦੇ ਵਿੱਚ ਹਲਚਲ ਮੱਚ ਗਈ। ਉਹ ਆਪਣੇ ਰਾਜਿਆਂ ਨੂੰ, ਅਹਿਲਕਾਰਾਂ ਨੂੰ ਕਹਿਣ ਲੱਗ ਪਏ ਕਿ ਸਾਥੋਂ ਹੋਰ ਸਮਾਂ ਘੇਰਾ ਰੱਖਿਆ ਨਹੀਂ ਜਾ ਸਕਦਾ। ਅਸੀਂ ਠੰਡ ਨਾਲ ਤੜਫ ਕੇ ਮਰਨ ਦੀ ਬਜਾਏ ਲੜਾਈ ਦੇ ਵਿੱਚ ਲੜ ਕੇ ਮਰ ਸਕਦੇ ਹਾਂ। ਸਾਨੂੰ ਜਾਂ ਤਾਂ ਲੜਾ ਕੱਲੇ ਦੇਸ਼ ਦੇ ਇੱਕ ਪੀਰਾਂ ਤੇਰੇ ਕੋਲ ਰਹਿਣ ਦਾ ਬਖਸ਼ਿਸ਼ ਦਾ, ਮੇਰਾ ਭਰਾ ਅੱਤ ਦਾ ਬੇਮੁੱਖ ਹੈ। ਜੇ ਤੁਸੀਂ ਇਹਦੇ ਉੱਤੇ ਆਪਣੇ ਵਿੱਚ ਤੋਂ ਮੈਂ ਹੱਥ ਰੋਹੇ ਮਤਲਬ ਕਿ ਮੈਂ ਅੱਛਾ ਲੱਗਦਾ।